ਧਰਤੀ ਦੇ ਸੋ ਪਿਆਰੇ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ। ਅੱਜ ਦਾ ਦਿਨ ਸਾਡੇ ਲਈ ਬਹੁਤ ਇਤਿਹਾਸਿਕ ਦਿਨ ਹੈ। ਖਾਲਸਾ ਪੰਥ ਦੀ ਸਥਾਪਨਾ ਸਾਡੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤੀ ਸੀ। ਸੋ ਅਰਦਾਸ ਕਰਕੇ ਆਏ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਕੌਮ ਦੀ ਚੜ੍ਹਦੀ ਕਲਾ ਕਰੇ, ਪੰਜਾਬ ਸਾਰਾ ਤੰਦਰੁਸਤ ਰਹੇ, ਸਾਰਾ ਸੰਸਾਰ, ਸਾਰਾ ਹਿੰਦੁਸਤਾਨ ਤੰਦਰੁਸਤ ਰਹੇ। ਸਤਿਬੱਤ ਦਾ ਭਲਾ ਮੰਗ ਕੇ ਆਏ ਔਰ ਅਰਦਾਸ ਕਰਕੇ ਆਏ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਲਾ ਪੰਜਾਬ। ਧਾਰੀਵਾਲ ਸਾਹਿਬ, ਲੀਡਰਾਂ ਨੇ ਕੀ ਦਿੱਲੀ ਵਿੱਚ ਜਿਹੜਾ ਵਾ ਅੱਜ ਮੱਥਾ ਟੇਕਣਾ ਹੈ, ਮੱਥਾ ਟੇਕਣਾ ਦਿੱਲੀ ਵਿੱਚ ਜਿਹੜਾ ਵਾ ਰਾਸ਼ਟਰਪਤੀ ਜਿਹੜਾ ਸ਼ਾਸਨ ਹੈ ਉਹ ਲਾਗੂ ਹੋਣ ਜਾ ਰਿਹਾ ਕਿਤੇ ਨਾ ਕਿਤੇ। ਸਰ ਅੱਜ ਮੱਥਾ ਟੇਕਣਾ ਹੈ ਸਰ, ਰਾਸ਼ਟਰਪਤੀ ਨਹੀਂ ਮੱਥਾ ਮੱਥਾ ਟੇਕਣਾ ਹੈ ਜਦੋਂ ਉਹਦੇ ਬਾਰੇ ਦੱਸ ਸਰ, ਜਦੋਂ ਹੋਊਗਾ। ਕਿਸਾਨਾਂ ਨੇ ਫਸਲ ਅੱਜ ਸ਼ੁਰੂ ਕੀਤੀ ਹੈ ਸਰ, ਅੱਜ ਵਿਸਾਖੀ ਵਾਲੇ ਦਿਨ, ਅੱਜ ਵਿਸਾਖੀ ਵਾਲੇ ਦਿਨ ਫਸਲ ਸ਼ੁਰੂ ਹੋਈ ਹੈ, ਕਣਕ ਪੱਕ ਗਈ ਹੈ। ਮੈਂ ਅਰਦਾਸ ਕਰਦਾ ਪਰਮਾਤਮਾ ਮੌਸਮ ਠੀਕ ਰੱਖੇ, ਅਗਲਾ ਇੱਕ ਮਹੀਨਾ ਮੌਸਮ ਠੀਕ ਰਹੂਗਾ ਤੇ ਕਿਸਾਨ ਭਰਾ ਜਿਹੜੇ ਆ ਆਪਣੀ ਕਣਕ ਸਾਂਭ ਲੈਣਗੇ, ਤੂੜੀ ਤੰਦ ਸਾਂਭ ਲੈਣਗੇ। ਇਹੀ ਅਰਦਾਸ ਕਰਕੇ ਆਏ ਕਿ ਚੜ੍ਹਦੀ ਕਲਾ ਰੱਖੇ। ਚੜ੍ਹਦੀ ਕਲਾ ਦਾ ਮਤਲਬ ਇਹੀ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਬੀਜੀਆਂ ਉਹ ਆਪਣੀਆਂ ਫਸਲਾਂ ਸਾਂਭ ਲੈਣ, ਸਭ ਨੂੰ ਤੰਦਰੁਸਤੀ ਮਿਲੇ। ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ। ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ, ਸਭ ਕੁਝ ਹੋਊਗਾ।